ਮੇਕੇ
Thank you.
Swami, meet Mukund.
ਖੁਸ਼ਖਬਰੀ ਖੁਸ਼ਖਬਰੀ ਸ੍ਰੀ ਅਕਾਲ ਇਸ਼ਕ ਮੌਲਾ ਮੌਲਾ ਇਸ਼ਕ ਮੌਲਾ ਮੌਲਾ ਇਸ਼ਕ ਮੌਲਾ 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 ਇਸ਼ਕ ਮੌਲਾ ਇਸ਼ਕ ਮੌਲਾ ਇਸ਼ਕ ਮੌਲਾ ਇਸ਼ਕ ਮੌਲਾ ਮਰ ਤੁਰਾ ਇਸ਼ਕ ਮੌਲਾ।
ਮਾਲਾ ਕੁਨਤ ਜਿਸਾ ਚ ਕਹੋ
ਇਤਨੀ ਕੀਰਤਨ ਦੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ ਜੀ। ਕੀਰਤਨ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਰਵ ਸੰਗਤ ਬਖਸ਼ਣ ਯੋਗ ਹੋ। ਕੋਟਾਨਕੋਟ ਸ਼ੁਕਰਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਗੁਰ ਜੁੜ ਬੈਠ ਕੇ ਸਾਰਿਆਂ ਨੇ ਬੜੇ ਲੰਮੇ ਸਮੇਂ ਤੋਂ ਹਰ ਜੋ ਸਰਵਣ ਕੀਤੇ ਹਨ, ਗਾਇਨ ਕੀਤੇ ਹਨ। ਮਾਲਕ ਦੇ ਚਰਨਾਂ 'ਚ ਅਰਦਾਸ ਹੈ, ਜੋ ਇਤਨੇ ਜਿੰਨੇ ਵੀ ਅਸੀਂ ਦੀਵਾਨ ਸਰਵਣ ਕੀਤੇ ਹਨ, ਸਾਰੇ ਦੀਵਾਨਾਂ ਦਾ ਜਿਹੜਾ ਸਾਰ ਹੈ ਨਾ ਜੀ, ਕਿੱਥੇ ਕਿਨਕਾ ਮਾਤਰ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ ਅਤੇ ਸਾਡਾ ਸਾਰੇ ਦਾ ਗਾਵਿਆ ਸੁਣਿਆ ਪ੍ਰਵਾਨ ਹੋ ਜਾਵੇ। ਮਾਲਕ ਤੋਂ ਕੀ ਮੰਗਣਾ ਹੈ ਜੀ? ਨਾਮ ਦੀ ਦਾਤ ਮੰਗਣੀ ਹੈ। ਦੁਨਿਆਵੀ ਚੀਜ਼ਾਂ ਮੰਗ ਕੇ ਕੋਈ ਸਾਨੂੰ ਲਾਭ ਨਹੀਂ। ਜੇ ਕਿੱਥੇ ਉਹਦਾ ਤਰਸ ਹੋ ਜਾਵੇ, ਕਿੱਥੇ ਉਹਦੀ ਮਰਾਮਤ ਹੋ ਜਾਵੇ ਅਤੇ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਜਾਵੇ। ਮਾਲਕ ਸਾਰੇ ਕੀਰਤਨੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਪੰਥ ਦੇ ਅਤੀ ਸਤਿਕਾਰਯੋਗ ਬਹੁਤ ਸੁਰੀਲੇ ਕੀਰਤਨੀ ਸਾਡੇ ਵੱਡੇ ਭਰਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ, ਉਹ ਆਪ ਜੀ ਨੂੰ ਕੀਰਤਨਾਂ ਨਿਹਾਲ ਕਰਨਗੇ। ਬਹੁਤ ਬਹੁਤ ਧੰਨਵਾਦ ਹੈ ਸਿੱਖ ਨੌਜਵਾਨ ਸਭਾ ਮਲੇਸ਼ੀਆ, ਜਥੇਦਾਰ ਪਰਮਜੀਤ ਸਿੰਘ ਜੀ, ਪਵਨਦੀਪ ਸਿੰਘ ਜੀ ਵੀਰ ਜੀ ਅਤੇ ਸਮੂਹ ਗੁਰਦੁਆਰਾ ਪਤਾਲਿੰਗ ਜੈ ਦੇ ਸਮੂਹ ਪ੍ਰਬੰਧਕ ਸੱਜਣਾ ਦਾ, ਚੇਚੇ ਤੌਰ 'ਤੇ ਮੇਰੇ ਬਹੁਤ ਸਤਿਕਾਰਯੋਗ ਵੀਰ ਜੀ ਸਰਦਾਰ ਅਵਤਾਰ ਸਿੰਘ ਜੀ ਟੈਰੀ ਭਾਅ ਜੀ ਦਾ, ਸਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਅਥਾਹ ਪਿਆਰ ਬਖਸ਼ਿਸ਼ ਕੀਤਾ ਹੈ। ਅਸੀਂ ਇਸ ਲਾਇਕ ਨਹੀਂ, ਫਿਰ ਵੀ ਆਪ ਜੀ ਬਹੁਤ ਮਾਣ ਬਖਸ਼ਿਸ਼ ਕਰਦੇ ਹੋ। ਗੱਜ ਵੱਜ ਕੇ ਫਤਿਹ ਬੁਲਾਓ, ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।